ਮਾਤਾ ਨੇ ਵੀ ਚਾਹ ਸਿਖਾਈ ਜੀ ਗਾਂ ਚੋਣੇ ਨੇ ਮਾਸ਼ਾਲਾ ਜੀ ਭਾਨ ਮਾਤਾ ਨੇ ਬਹੁਤ ਤੇਜ਼ ਚਵਾਈ ਹੈ ਲਹਿਰ ਬਹਮਾਨ ਇਬਰਾਹੀਮ ਅਸਲਾਮ ਵਾਲੇਕੁਮ ਦੋਸਤੋ ਉਮੀਦ ਕਰਨੇ ਜੀ ਸਾਰੇ ਭੈਣਾਂ ਭਰਾ ਹਰੀ ਨਾਲ ਦੱਸੋ ਜੀ ਤਾਂ ਰਵੋ ਖੁਸ਼ ਰਵੋ ਬਾਦ ਰਵੋ ਆਪਣਾ ਖਿਆਲ ਰੱਖੋ ਆਪਣੀ ਮਾਂ ਬਾਪ ਦਾ ਖਿਆਲ ਰੱਖੋ ਜੀ ਅੱਜ ਚੌਥਾ ਰਮਜ਼ਾਨ ਆ ਜੀ ਸਾਡੀ ਤਰਫੋਂ ਸਾਰੀਆਂ ਭੈਣਾਂ ਭਾਂ ਕੇ ਰਮਜ਼ਾਨ ਮੁਬਾਰਕ ਉਮੀਦ ਕਰਦਾ ਸਾਰਿਆਂ ਨੇ ਰੋਜ਼ੇ ਠੀਕ ਹੋ ਸੁਣ ਜੀ ਠੀਕ ਠਾਕ ਗੁਜ਼ਰਨੇ ਹੋ ਸੁਣ ਜਾਂ ਕਿ ਮਾਸ਼ਾਅੱਲਾ ਅੱਲਾਹ ਪਾਕ ਨਾਲ ਬੜਾ ਕਰਮ ਕੀਤਾ ਜੀ ਸਾਡੇ ਪਾਸੇ ਤਾਂ ਰੋਜ਼ ਦਿਹਾੜਾ ਬਾਰਿਸ਼ ਹੋਣੀ ਅੱਜ ਵੀ ਬਾਰਿਸ਼ਾਂ ਨੇ ਮੌਸਮ ਮੰਤਾ ਆਇਆ ਜੀ ਚੈੱਕ ਕਰਾਉਣੇ ਆ ਅੱਜ ਸਾਡੇ ਗ੍ਰਾਂ 'ਚ ਤਾਂ ਮਾਸ਼ਾਅੱਲਾ ਬਹੁਤ ਸੋਹਣਾ ਅਤੇ ਖੂਬਸੂਰਤ ਝੜ ਛੜ ਚੜੇ ਹੋਏ ਹੈ ਦੇਖੋ ਕੱਲ੍ਹ ਵੀ ਹਲਕੀ ਹਲੀ ਬਾਰਿਸ਼ ਹੋਈ ਪਰਸੋਂ ਵੀ ਹਲਕੀ ਹਲੀ ਬਾਰਿਸ਼ ਹੋਈ ਰੋਜ਼ ਦਿਹਾੜਾ ਥੋੜ੍ਹੀ ਥੋੜ੍ਹੀ ਹੋਈ ਜਾਣੀ ਜੀ ਬਾਰਿਸ਼ ਅੱਜ ਵੀ ਮਾਸ਼ਾਅੱਲਾ ਬੰਤੀ ਹੋਈ ਜੀ ਇਹ ਦੇਖੋ ਅੱਛਾ ਜੂਣ ਅੰਦਰ ਚੱਲੇ ਹਾਂ ਗਾਈਆਂ ਸੀ ਪਹਿਲਾਂ ਬਾਹਰ ਬੰਨਸਾਂ ਇਹਨਾਂ ਗਾਈਆਂ ਬਾਹਰ ਬੰਨਸਾਂ ਡੋਵੇ 'ਚ ਕਿਲੀਆਂ ਸੀ ਨਾ ਠੋਕੀ ਤਾਂ ਅੱਛਾ ਪਹਿਲਾਂ ਇੰਨਾ ਕਿ ਬੰਨ ਇਹ ਜੀ ਤੁਸੀਂ ਕਿੰਨੇ ਆ ਅਤੇ ਹੁਣ ਉਸਨੇ ਭਿੰਡੇ ਹੀ ਪੀਸ ਤੁਸੀਂ ਗਾਂ ਨਾਲ ਬੈੜੀ ਨਾਲ ਮਾਰਨੀ ਇਹ ਦੇਖੋ ਇਹ ਮਾਰਨੀ ਪੀਸ ਸੀ ਇਹ ਬਹੁਤ ਮਸਤੀ ਕਰਨੀ ਗਾਂ ਇਸ ਕੀ ਹੁਣ ਗਾਈਆਂ ਛੇ ਪਾਣੀ ਲਾਉਣੇ ਆ ਉਹ ਸਾਹਮਣੇ ਸਾਡਾ ਖੂਹ ਆ ਜੀ ਉਹ ਸਾਹਮਣੇ ਹੁਣ ਉੱਥੇ ਜੁਲੀਆਂ ਗਾਈਆਂ ਛੇ ਪਾਣੀ ਲਾਉਣੇ ਆ ਬਾਹਰ ਧੰਨਵਾਦ ਕਰ ਗਾਈਆਂ 'ਤੇ ਪਾਣੀ ਭਰਨੇ ਪਏ ਖੂਹ ਪਰੋਂ ਹੈਰੀ ਨਾ ਗਾਈਆਂ ਛੇਆਂ ਦੀ ਪਾਣੀ ਭਰਨੇ ਪਏ ਜੀ ਖੂਹ ਪਰੋਂ ਬੈਲੀ ਨੱਠੀ ਆ ਜੀ ਗਾਈਆਂ ਕੀ ਪਾਣੀ ਛੇ ਲਾਉਣੇ ਆਪੇ ਜੀ ਖੂਹ ਉਹ ਗਈ ਵੇ ਜੀ ਹੁਣ ਨੱਠੀ ਉਹ ਤਾਂ ਕੋਤ ਹੋ ਗਈ ਇਹ ਜੀ ਗਾਈਆਂ ਛਾਵਾਂ ਗਾਈਆਂ ਹੁਣ ਪਾਣੀ ਲਾਇਆ ਗਾਈਆਂ ਕੀ ਉਸ ਪਰ ਹੀ ਲੈ ਰਿਹਾ ਕੀ ਲਾਉਣੇ ਆਪੇ ਜੀ ਹੋਰ ਬਾਲਟੀ ਪਈ ਤਬ ਚੜੀ ਆਇਆ ਤਾਂ ਮੈਂ ਅੱਛਾ ਤਬ ਚੜੀ ਦੱਸੀ ਆ ਜੀ ਇੱਥੋਂ ਅੱਗੇ ਆਪਣੇ ਕਿਰਾਏ ਨਾਲ ਮੌਸਮ ਜੀ ਮੋਲ ਇਹ ਤਾਂ ਕੋਣ ਵਾਸਤੇ ਤਾਂ ਝੱਖੜੂ ਝੁੱਲਣਾ ਪਿਆ ਅਤੇ ਹਲਕੀਆਂ ਲੀਆਂ ਕਣੀਆਂ ਵੀ ਲਾਈਆਂ ਮਾਸ਼ਾਅੱਲਾ ਜੀ ਗਾਈਆਂ ਛੀਆਂ ਆਪਾਂ ਨੂੰ ਆਦਨ ਖੋਲ੍ਹ ਛੜੀਆਂ ਉਧਰੋਂ ਉਸ਼ਾ ਪਾਰਾ ਜੁਲੀ ਨਾਲ ਪੁਆਇਸ਼ੀ ਕਰਸੋਂ ਵੀ ਦੱਸਣੇ ਆ ਤੁਸੀਂ ਨਾਲ ਨਾਲ ਜੀ ਉਹਦੇ ਜੁਲੀਆਂ ਪਈਆਂ ਜੀ ਆਈ ਜੀ ਗਈ ਮੈਂ ਅੱਛਾ ਇਹ ਜੀ ਗਾਈ ਢੰਗਾ ਛੰਗਾ ਮਾਰਨੇ ਪਏ ਫਿਰ ਅੱਜ ਮੈਂ ਪਹਿਲੀ ਵਾਰੀ ਚੋਸਾਂ ਕਮਾਈ ਕਰਜੀ ਮੈਂ ਆ ਰਹੀ ਦੋ ਧੰਨਵਾਦ ਤੁਹਾਨੂੰ ਪਹਿਲਾਂ ਥੋੜ੍ਹਾ ਮਾਤਾ ਨੇ ਵੀ ਚਾਹ ਸਿਖਾਈ ਜੀ ਗਾਂ ਚੋਣੇ ਨੇ ਮਾਸ਼ਾਅੱਲਾ ਜੀ ਭਾਨ ਮਾਤਾ ਨੇ ਬਹੁਤ ਤੇਜ਼ ਚਵਾਈ ਹੈ
ਸਾਡੇ ਕੋਲ ਇੱਦੀ ਤੇਜ਼ ਨਹੀਂ ਹੋਣੀ। ਕਿਹੜੇ ਨੀ ਉਹ ਬਣਾ ਸਾ ਨਾ ਪਨਵਾਜ਼ਰ ਨੂੰ ਨਵੀਂ ਗਾਂ ਆਉਂਦੀ ਕੱਲ੍ਹ ਇਨਸ਼ਾਅੱਲਾ ਉਹ ਦੱਸਾਂ ਜੀ ਤੁਹਾਂ ਕਿ ਪਨਵਾਜ਼ਰ ਚੋਈ ਰਹੇ ਜੀ ਗਾਂ ਸ਼ਾ ਚਿੱਟਾ ਕੁੱਕੜ ਜੀ ਸਾੜਾ